ਹੈਲੋ ਕੀ ਹਾਲ ਚਾਲ ਹੈ ਬਈ ਸਾਰਾ ਆਈ ਹੋਪ ਸਾਰਾ ਨਾ ਵਧੀਆ ਹੋਣਾ ਬਈ ਆਪਾਂ ਨੇ ਅੱਜ ਟੈਂਕੀ ਲੈਂਦੀ ਨਮੀ ਹਾਈਡਰੋਲਿਕ ਟੈਂਕੀ 90 ਤੋਂ ਲੈਣੀ ਦੀ 90 ਤੋਂ ਲੈਂਦੀ ਆ ਆਪਾਂ ਨੇ ਬਈ ਉੱਥੇ ਗਿਆ ਤਾਂ ਵੈਸੇ ਪਹਿਲਾਂ ਕਵਾੜੀਆਂ ਕੋਲ ਦਾ ਪੁਰਾਣੀ ਟੈਂਕੀ ਲੈਣਾ ਪਰ ਮੈਨੂੰ ਉੱਥੇ ਬਈ ਕੋਈ ਵਧੀਆ ਹੀ ਮਿਲੀ ਨਹੀਂ ਸਾਫ ਜੀ ਮਤਲਬ ਲਗਭਗ ਲੀਕੇ ਨੇ ਕਿਉਂਕਿ ਕਵਾੜੀਆਂ ਕੋਲ ਮਸ਼ੀਨਾਂ ਆਉਂਦੀਆਂ ਲਗਭਗ ਹੋਈ 15 20 ਸਾਲ ਪੁਰਾਣੀਆਂ ਮਤਲਬ ਲੱਭੇ ਨਹੀਂ ਮਤਲਬ ਜਿਵੇਂ ਦੀ ਮੈਂ ਭਾਲਦਾ ਦਾ ਬਈ ਟੈਂਕੀ ਪਰ ਲੰਘੇ ਵੀ ਮੈਂ 90 90 ਪਹਿਲਾਂ ਦਾ ਬਾਹਰ ਪਤਾ ਕਰੀ ਬਾਈ ਜਿਹੜੇ ਮਤਲਬ ਲੋਕਲ ਦੁਕਾਨਾਂ ਵਾਲੇ 90 ਟੈਂਕੀ ਵੜਾਉਂਦੇ ਆ ਉੱਥੇ ਬਈ ਟੈਂਕੀ ਉਹ ਮੰਗਦੇ 3500 ਰੁਪਏ ਨਵੀਂ ਟੈਂਕੀ ਦਾ ਮਤਲਬ ਖਾਲੀ ਟੈਂਕੀ ਨਾ ਟੱਕਣ ਦਾ ਫਿਲਟਰ ਕੁਝ ਵੀ ਨਹੀਂ ਬਾਈ ਫਿਰ ਇਸ ਕਰਕੇ ਪਏ ਫਿਰ ਉਸ ਤੋਂ ਬਾਅਦ ਫਿਰ ਮੈਂ ਏਜੰਸੀ ਰੇਟ ਪਤਾ ਕਰਿਆ ਏਜੰਸੀ ਦਾ ਰੇਟ ਤਾਂ ਬਾਈ ਏਜੰਸੀ ਵੀ ਸੇਮ ਬਾਈ 3500 ਰੁਪਏ ਰੇਟ ਫਰਜੈਂਸੀ ਜੇ ਇਹ ਫਾਇਦਾ ਹੋਇਆ ਵੀ ਉਹਨਾਂ ਨਾਲ ਉਹ ਸਮਾਨ ਦੇ ਜਾਂਦੇ ਨੇ ਨਾਲ ਸਮਾਨ ਦੇ ਪੈਸੇ ਤਾਂ ਐਕਸਟਰਾ ਲੈ ਲੈਂਦੇ ਆ ਅਲੱਗ ਨਾਲ ਥੋੜੇ ਜਿਵੇਂ ਅੰਦਰਲੇ ਫਿਲਟਰ ਫਿਲਟਰ ਜੇ ਹੋਗੇ ਉਹ ਸਮਾਨ ਦੇ ਪੈਸੇ ਥੋੜੇ ਅਲੱਗ ਲੈਂਦੇ ਨੇ ਪਰ ਸਮਾਨ ਸਾਰਾ ਕੰਪਲੀਟ ਮਿਲ ਜਾਂਦਾ ਹੁਣ ਕੋਈ ਮੇਰੇ ਇਟੈਂਕੀ ਪੁਰਾਣੀਆਂ ਨਾਲ ਦੀ ਹੁਣ ਮਨ ਨੂੰ ਕਿਹੜਾ ਪਤਾ ਵੀ ਕਿੰਨੇ ਕ ਟਾਈਮ ਪੁਰਾਣੀ ਆ ਇਸ ਕਰਕੇ ਮੇਰਾ ਨਹੀਂ ਦਿਲ ਮੰਨਿਆ ਉਹਦੇ ਉੱਥੇ ਪੁਰਾਣੀ ਲੈਣ ਨੂੰ ਮੈਂ ਸਾਰਾ ਕੰਪਲੀਟ ਸੈੱਟ ਲੈ ਲਿਆ ਉੱਥੇ ਫਰਿੱਜ ਏਜੰਸੀ ਵਾਲਿਆਂ ਤੋਂ ਬਹੁਤ ਵਧੀਆ ਸਮਾਨ ਦੇ ਆ ਉਹਨਾਂ ਨੇ ਬਾਕੀ ਮੈਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਦੀ ਟੈਂਕੀ ਆ ਵੀ ਕੀ ਕੀ ਮੈਨੂੰ ਨਾਲ ਮਿਲਿਆ ਪਰ ਬਾਹਰਲੇਗਣ ਨਾਲੋਂ ਬਈ ਮੈਨੂੰ ਅੰਦਰ ਜ਼ਿਆਦਾ ਵੈਟਰ ਲੱਗਿਆ ਕਿਉਂਕਿ ਬਾਹਰ ਉਹ ਮੰਗਦਾ ਵੀ ਪੁਰਾਣੀ ਟੈਂਕੀ ਲਿਆਓ ਨਾਲ ਲਿਆਓ ਫਿਰ ਫੇਰ ਫਿਲਟਰ ਨਹੀਂ ਹੋਣਾ ਮੈਂ ਪਾ ਕੇ ਦਿੰਦੇ ਫਿਲਟਰ ਫੇਰ ਆਪ ਕੋ ਨੂੰ ਆਪਦੇ ਪੁਰਾਣੇ ਪਾਣੇ ਪੈਂਦੇ ਆ ਉਹ ਚ ਉਹੀ ਜੈਨ ਕੱਟ ਕੇ ਚਾਰ ਨਟਾਂ ਵਾਲਾ ਜਗੜ ਲੱਗਾ ਸੀ ਪਹਿਲਾਂ ਮੇਰੇ ਲਈ ਦੇ ਹੁਣ ਮੈਂ ਦਿਖਾਉਣ ਦਿਖਾਉਣਾ ਤੁਹਾਨੂੰ ਕਿਹੜੀ ਟੈਂਕੀ ਲੈ ਕੇ ਆਇਆ ਇਹ ਟੈਂਕੀ ਆ ਬਈ ਆਪਾਂ ਜਿਹੜੀ ਲਈ ਆ ਨਾਬੇ ਤੋਂ ਦੇਖੋ ਕਿੰਨੀ ਇਹਦੀ ਵਧੀਆ ਅੰਦਰ ਲੁੱਕ ਲੁੱਕ ਦਾ ਜਿਹੜਾ ਕੀ ਬਈ ਵਧੀਆ ਹੈਵੀ ਜੀ ਟੈਂਕੀ ਆ ਕੋਈ ਮਾੜੀ ਨਹੀਂ ਹੈਗੀ ਪਰ ਇਹ ਤੇ ਜਿਹੜੀ ਵੀ ਮਸ਼ੀਨ ਨਵੀਂ ਬਣਦੀ ਐ ਇਹਨਾਂ ਵਧੀਆ ਸਮਾਨ ਲਾ ਰਹੇ ਨੇ ਬਈ ਉਹ ਐਨ ਦੇਖੋ ਪੂਰੀ ਨਿਕਰ ਟੈਂਕੀ ਬਣਾਈ ਹੋਈ ਆ ਐਨ ਹੈਗਾ ਕੋਈ ਉਹ ਬਈ ਇਹਦੇ ਇਹਦੇ ਫਿਲਟਰਾਂ ਦਾ ਵੀ ਆਪਾਂ ਨੂੰ ਪਰਫੈਕਟ ਹੋਏ ਹੋਏ ਮਿਲ ਗਏ ਨਾਲ ਆ ਦੇਖੋ ਇਹ ਫਿਲਟਰ ਨਾਲ ਦੇ ਨਾਲ ਵੀ ਵਿੱਚੇ ਫਿੱਟ ਪੈਂਦੇ ਮਿਲ ਗਏ ਜੇ ਆਪਾਂ ਆਪਣੇ ਟੈਂਕੀ ਲਈ ਕਹਿੰਦੇ ਪੁਰਾਣੇ ਫਿਲਟਰ ਪਾਣੇ ਪੈਂਦੇ ਪਤਾ ਨਹੀਂ ਉਹ ਚੀਜ਼ ਦੁਆਰਾ ਮਿਲਦੀ ਵਧਨਾ ਪਰ ਇਹ ਨਿਆਰਾ ਬਾਈ ਜੇਕਰ ਖਰਾਬ ਵੀ ਹੋ ਜਾਣਾ ਜਾਂ ਲਾਲਾ ਟੁੱਟਾ ਟੱਜ ਜਾਣਾ ਏਜੰਸੀ ਜੋ ਕਹਿ ਕੇ ਦੁਆਰਾ ਮਿਲ ਜਾਣਾ 32 ਨੰਬਰ ਦਾ ਫਿਲਟਰ ਕੋਈ ਕੰਪਨੀ ਦਾ ਇਹ ਨਿਆਰਾ ਵੀ ਕੰਪਨੀ ਜਾ ਕੇ ਸਮਾਨ ਮਿਲ ਜਾਂਦਾ ਬਾਹਲੇ ਧੱਕੇ ਧੁੱਕੇ ਨਹੀਂ ਖਾਣੇ ਪੈਂਦੇ ਬਾਈ ਆ ਦੇਖੋ ਕੋਈ ਬਾਹਲਾ ਚੱਕਰ ਵਾਲਾ ਕੰਮ ਨਹੀਂ ਹੈਗਾ ਸਿੱਧਾ ਸਦਾ ਦਾ ਕੰਮ ਆ ਇਹ ਵਾਪਸੀ ਵਾਲਾ ਹੋ ਗਿਆ ਥੱਲੇ ਨਟ ਲਾ ਦੇ ਤੇ ਨਿਕਲੋਂ ਤੇਲ ਆਹ ਰੋ ਇਧਰ ਵੀ ਫਿਲਟਰ ਲੰਬਾ ਫਿਲਟਰ ਦੋ ਫਿਲਟਰ ਦੇ ਨੇ ਪਾਣ ਨੂੰ ਆ ਦੇਖੋ ਬਾਕੀ ਟੱਕਣਾ ਚਾਬੀ ਵਾਲਾ ਜਿਹੜੀ ਹਲੇ ਮੈਂ ਕੱਲ ਖੋਲਦਾ ਇੱਕ ਮਿੰਟ ਬਾਕੀ ਚਾਬੀ ਵਾਲਾ ਟੱਕਣਾ ਭਾਈ ਕੋਈ ਉਹ ਨਹੀਂ ਹੈਗੀ ਚ ਇਹ ਟੌਪ ਦੀ ਚੀਜ਼ ਆ ਭਾਈ ਇਹਦੇ ਉੱਪਰ ਫਿਲਟਰ ਇਹਦੇ ਉੱਪਰ ਵੀਜ ਵਾਲੇ ਲੱਗੇ ਇਹਨੂੰ ਖੋਲ ਕੇ ਲੌਕ ਕਰੀ ਹੋਈ ਚਾਬੀ ਅੰਦਰ ਪਈ ਆ ਬਈ ਇਹਦੇ ਨੇ ਦਿਖਾਉਂਗਾ ਤੁਹਾਨੂੰ ਚਲ ਵਸੇ ਇਹਦੇ ਨੇ ਤੇਲ ਤੁਰ ਪਾਉਂਗਾ ਉਹ ਦਿਨ ਦਿਖਾ ਦੂੰਗਾ ਇਹਦੇ ਉੱਪਰ ਫਿਲਟਰ ਲੱਗਿਆ ਹੋਇਆ ਇੱਥੇ ਇਹ ਵਾਪਸੀ ਵਾਲਾ ਇਹ ਇਧਰ ਹਨ ਵਧੀਆ ਚੀਜ਼ ਐ ਇੱਕ ਨੰਬਰ ਜੇ ਕਿਸੇ ਨੇ ਲੈਣੀ ਹੋਏ ਕੰਪਨੀ ਦਾ ਸਮਾਨ ਉਹ ਵੀ ਵਧੀਆ ਹੁੰਦਾ ਟੈਂਕੀ ਤੁਸੀਂ ਦੇਖ ਲਈ ਬਈ ਐਨੋ ਵਧੀਆ ਟੈਂਕੀ ਆ ਫਿਰ ਦੂਜਾ ਨੰਬਰ ਬਈ ਉਥੋਂ ਸਾਰਾ ਸਮਾਨ ਮਿਲ ਗਿਆ ਆਪਾਂ ਨੂੰ ਵਿੱਚ ਦੇਈ ਕੋਈ ਲੈਦਾ ਨਹੀਂ ਜਾਣਾ ਪਿਆ ਨਹੀਂ ਆਪਾਂ ਅੱਜ ਆੜ ਦੇ ਘੜਦਿਆ ਕਰਦੇ ਫਿਰਦੇ ਵੇ ਆਪਾਂ ਨੂੰ ਦੂਏ ਹੋਰ ਜਗੜ ਕਰਨਾ ਪੈਂਦਾ ਦੁਕਾਨਾਂ ਤੋਂ ਕੋਲ ਲੱਲਾ ਬੱਬਾ ਇਕੱਠਾ ਕਰਕੇ ਚਲ ਇਹ ਫਾਇਦਾ ਵੀ ਕੱਲੋ ਫਿਲਟਰ ਫੋਲਟਰ ਖਰਾਬ ਹੋ ਜੇ ਅਗਲੇ ਸਾਲ ਦੀ ਗਰੰਟੀ ਇੱਕ ਸੀਜ਼ਨ ਦੀ ਗਰੰਟੀ ਹੈਗੀ ਬਾਈ ਜੇ ਕੋਈ ਸ਼ੋਟ ਦੇ ਟੈਂਕੀ ਲਾ ਲਓ ਲੀਕ ਲੋਗ ਉਹ ਚੇਂਜ ਕਰਕੇ ਹੋਰ ਦੇਣਗੇ ਨਵੇਂ ਬਾਕੀ ਪਿੱਛੇ ਮੈਂ ਡੀਲ ਟੈਂਕ ਲਿਆਦਾ ਪਿਛਲੀ ਵਾਰ ਮੈਂ ਦੱਸਿਆਦਾ ਪਹਿਲਾਂ ਵੀ ਵੀਡੀਓ ਚ ਟੈਂਕਾ ਵੀ ਵਧੀਆ ਚੱਲਿਆ ਹੈ ਨਾ ਕੋਈ ਦਿੱਕਤ ਨਹੀਂ ਆਈ ਉਹ ਵੀ ਦਿਖਾ ਦਿੰਨਾ ਬਾਕੀ ਇਹ ਟੈਂਕਾ ਹੋ ਬਾਈ ਜਿਹੜਾ ਆਪਾਂ ਨੇ ਸੀਜ਼ਨ ਤੋਂ ਪਹਿਲਾਂ ਲਿਆ ਤਾਂ ਬਹੁਤ ਵਧੀਆ ਰਿਹਾ ਬਾਈ ਸਿਸਟਮ ਕੋਈ ਜ ਉਹ ਦਿੱਕਤ ਨਹੀਂ ਆਈ ਨਾ ਕੋਈ ਲੀਕਿੰਗ ਨਾ ਫੀਕਿੰਗ ਨਹੀਂ ਬਾਈ ਡੀਜ਼ਲ ਬਹੁਤ ਮਹਿੰਗਾ ਤੁਹਾਨੂੰ ਪਤਾ ਹੀ ਜੇ ਆਹੀ ਚੌਣ ਲੱਗ ਜੇ ਕੋਈ ਸੁਆਦ ਨਹੀਂ ਬਾਕੀ ਬਹੁਤ ਬੰਦੇ ਐ ਦਿਲਚਸਪ ਆ ਵੀ ਕਬਾੜੀਆਂ ਤੋਂ ਲੈ ਕੇ ਲਾ ਦਾਂਗੇ ਪਰ ਬਾਈ ਬਾਕੀ ਮੈਂ ਬਈ ਐਂ ਨਹੀਂ ਕਹਿੰਦਾ ਵੀ ਏਜੰਸੀ ਚੋਂ ਸਮਾਨ ਲਓ ਬਾਕੀ ਬਈ ਜਿਹਨੂੰ ਠੀਕ ਲੱਗਦਾ ਉੱਥੋਂ ਲੈ ਲਓ ਪਰ ਇੱਕ ਵਾਰ ਫਿਰ ਥੋੜਾ ਜਿਆਦਾ ਬਾਹਰ ਸਾਮਾਨ ਲੈਣ ਤੋਂ ਪਹਿਲਾਂ ਏਜੰਸੀ ਟਰਾਈ ਕਰ ਲੈਣਾ ਚਾਹੀਦਾ ਕਿਉਂਕਿ ਹਰ ਚੀਜ਼ ਉੱਥੇ ਮਹਿੰਗੀ ਨਹੀਂ ਹੁੰਦੀ ਜੇ ਮਹਿੰਗੀ ਹੁੰਦੀ ਵੀ ਆ ਫਿਰ ਉੱਥੇ ਕੁਆਲਿਟੀ ਵੀ ਹੈਗੀ ਚੀਜ਼ ਦੀ ਐ ਨਹੀਂ ਹੈਗਾ ਵੀ ਆਪਾਂ ਨੂੰ ਫੂਟ ਪਟੰਗ ਜਾ ਇਕੱਠਾ ਕਰਕੇ ਦੇ ਦਿਓ ਆਪਾਂ ਨੂੰ ਜੋ ਚੀਜ਼ ਉੱਥੇ ਲਵਾਂਗੇ ਆਪਾਂ ਨੂੰ ਉਹ ਖੰਬੰਦ ਕਰਕੇ ਮਿਲਦੀ ਆ ਕੁਝ ਵੀ ਲੈ ਲਓ ਅਗਲੇ ਗਰੰਟੀ ਵੀ ਦਿੰਦੇ ਇੱਕ ਸੀਨ ਦੀ ਬਾਹਰ ਕੋਈ ਗਰਟਿੰਗ ਉਂਟੀ ਨਹੀਂ ਦੇਣੀ ਕੋਈ ਨਹੀਂ ਹੈਗਾ ਬਾਹਰ ਪਰ ਕੋਈ ਓਰੀਜਨਲ ਸਾਮਾਨ ਮਿਲਦਾ ਚਲੋ ਠੀਕ ਆ ਬਈ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ